अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा की जबवाली रोड पर स्थित श्री गौ सेवा सदन में आज फिर नौ गाय की रहस्यमय स्थिति में मौत हो गई। सुबह का चारा खाने के बाद कुछ देर बाद ही गाय अलग अलग जगह पर मृत पड़ी थी, जिसके बाद गौशाला कमेटी के सदस्य और प्रशासनिक अधिकारी मौके पर पहुंचे और जांच शुरू की। अभी तक इस बात का पता नहीं लग सका है कि गाय के मरने के कारण क्या है। कोई इसे जहरीली वस्तु के चारे में होने की बात कर रहा है तो कोई किसी शरारती या माहौल खराब करने की बात कह रहा है। फिलहाल पुलिस इस मामले की जांच कर रही है। मेरा नाम सदना खुसला है, जनरल सेक्रेटरी श्री गौशाला रजिस्टर बठिंडा। ये साड़ी गौशाला की ब्रांच है श्री गौ सेवा सदन। सानू सुबह 6 बजे के करीब फोन गया सी मैनेजर का भी इतने 5 गऊं से 4 बछे मर गए ने। असी उसकी फौरी तौर पर पूरी टीम इनफॉर्म किया। जो मैनेजमेंट आए सारे इतने और डिप्टी डायरेक्टर नाल भी गल कर ली थी, एनिमल सबसिडी नाल उन्होंने टीम भी आ गई थी। डीसी साहब SDM साहब भी आ गए, DSP साहब भी आ गए, डॉग स्क्वाड भी उन्होंने लिया भी शायद पैर का शक जहाँ पै रहा है पुलिस वालों। उस तो बाद जी 5 गऊं मर गई, 4 बछे मरे, 3 बवाल। हजे असं कुछ नहीं कह सकते ये बारे, क्योंकि इस बाड़े 70 गऊं सगियां। जे असी हरे की चारे की गल करिए खराबी है तो फिर 70 ही बीमार होना चाहिए। ਹਜੇ ਅਸੀਂ ਇਸ ਪੋਸਟਮਾਰਟਮ ਤੋਂ ਪਹਿਲਾਂ ਕੁਛ ਨਹੀਂ ਕਹਿ ਸਕਦੇ। ਕੋਈ ਪੋਇਜ਼ਨ ਦਾ ਸ਼ੱਕ ਲੱਗਦਾ ਜੀ, ਜਿਵੇਂ ਪਹਿਲਾਂ ਵੀ ਮੌਤ ਫਿਲਹਾਲ ਸਾਨੂੰ ਲੱਗਦਾ ਵੀ ਪੋਇਜ਼ਨ ਹੈ, ਸਿਲੈਕਟਡ ਪੋਇਜ਼ਨ ਪਾਈ ਹੈ, ਕਿਉਂਕਿ ਜੇ ਨਹੀਂ ਤਾਂ ਬਾਕੀਆਂ ਦਾ ਵੀ ਨੁਕਸਾਨ ਨਹੀਂ ਹੋਇਆ ਕਿਸੇ ਦਾ। ਅੱਛਾ, ਹੋਰ ਬਿਮਾਰ ਕਿੰਨੇ ਜਾਨਵਰ ਹੋਰ ਨੇ? 3 ਬਿਮਾਰ ਨੇ ਜੀ, ਲੇਕਿਨ ਉਹ ਠੀਕ ਨੇ। ਉਹਨਾਂ ਦੀ ਟ੍ਰੀਟਮੈਂਟ ਡਾਕਟਰਾਂ ਦੀ ਪੂਰੀ ਟੀਮ ਆਈ ਹੈ, ਡਿਪਟੀ ਡਾਕਟਰ ਸਾਹਿਬ ਵੀ ਬੈਠੇ ਸੀ, ਉਹਨਾਂ ਨੇ ਬਹੁਤ ਵਧੀਆ ਕੁਛ ਸ਼ਿਕਾਇਤ ਦਰਜ ਕਰੀ ਸੀ ਆਪਦੇ ਬੰਨੀ। ਹਾਂ ਅਸੀਂ ਪੁਲਿਸ ਨੂੰ ਇੰਟੀਮੇਟ ਕਰਤਾ ਜੀ, ਸ਼ਿਕਾਇਤ ਕਰਤੀ ਹੈ ਦਰਜ, ਤੇ ਡੀ ਸਾਹਿਬ ਨੇ ਵੀ ਕਿਹਾ ਵੀ ਸਖਤੀ ਨਾਲ ਅਸੀਂ ਇਹਦੀ ਇਨਕੁਆਇਰੀ ਕਰਾਉਣਾ। ਠੀਕ, ਗਊਸ਼ਾਲਾ ਜਾਨਵਰਾਂ ਦੀ ਮੌਤ ਹੋਈ ਹੈ ਤੇ ਕਾਰਨ ਕੀ ਲੱਗਦਾ ਤੁਹਾਨੂੰ ਸ਼ੁਰੂਆਤ ਜਾਂਚ? ਜਿਹੜੀਆਂ ਇਹ ਗਊਆਂ ਗਊਸ਼ਾਲਾ ਹੈਗੀ ਗਊ ਸੇਵਾ ਸਦਨ ਡਾਬਲੀ ਰੋਡ ਤੇ, ਇੱਥੇ ਕੁੱਲ 9 ਗਊਆਂ ਜਿਹਨਾਂ ਇਹ ਸ਼ੈੱਡ ਹੈ ਇੱਕ ਬਣਿਆ ਵਾ, ਕੁਛ ਅਲੱਗ ਅਲੱਗ ਥਾਵਾਂ ਤੇ ਮਤਲਬ ਕਿ 9 ਗਊਆਂ ਦੀ ਡੈਥ ਹੋਈ ਹੈ, ਜਿਹਨਾਂ ਚੋਂ 5 ਗਊਆਂ ਤੇ 4 ਛੋਟੇ ਬੱਚੇ ਨੇ। ਇਹ ਕਿਸੇ ਅਫਰੀਮਾ ਟਾਈਪ ਜਿਹਾ ਹੋਇਆ ਵਾ, ਉਹ ਦੇਖਦੇ ਹਾਂ ਆਪਣਾ ਇਹਨਾਂ ਦੀ ਕਰਾ ਰਹੇ ਹਾਂ, ਆਪਣੇ ਪੋਸਟਮਾਰਟਮ ਕਰਾ ਰਹੇ ਹਾਂ, ਜਦੋਂ ਫਿਰ ਇਹਦੀ ਪੋਸਟਮਾਰਟਮ ਤੋਂ ਬਾਅਦ ਜੋ ਆਪਣੀ ਕਾਰਵਾਈ ਸਾਹਮਣੇ ਆਊਗੀ। ਸ਼ੁਰੂਆਤ ਲੱਗਦਾ ਵੀ ਕੋਈ ਪੋਇਜ਼ਨ ਨਾਲ ਡੈਥ ਹੋਈ ਲੱਗਦੀ ਹੈ ਦੇਖਣ ਦੇ ਵਿੱਚ? ਤੁਸੀਂ ਅਜੇ ਕੁਛ ਨਹੀਂ ਕਿਹਾ ਜਾ ਸਕਦਾ ਇਸ ਬਾਰੇ, ਕਿਉਂਕਿ ਅਜੇ ਰਾਤ ਨੂੰ ਕੋਈ ਚਾਰਾ ਵਗੈਰਾ ਤਾਂ ਇਹਨਾਂ ਕੋਲ ਹੈ ਨਹੀਂ ਸੀ ਇੱਥੇ ਪਾਇਆ ਵਾ, ਖਾਲੀ ਗਊਆਂ ਦੇ ਜੋ ਆ, ਪਰ ਬਾਕੀ ਉਹਦੇ ਬਾਰੇ ਅਸੀਂ ਪੜਤਾਲ ਕਰ ਰਹੇ ਹਾਂ, ਜੇ ਕੋਈ ਅਜਿਹੀ ਗੱਲ ਸਾਹਮਣੇ ਆਊਗੀ ਜਾਂ ਕਿਸੇ ਦੇ ਖਿਲਾਫ਼ ਕੋਈ ਪਤਾ ਲੱਗਦਾ ਤਾਂ ਕਾਰਵਾਈ ਅਮਲ 'ਚ ਲਿਆਵਾਂ। ਠੀਕ, अगर आपने हमारे चैनल को सब्सक्राइब नहीं किया है तो इसे सब्सक्राइब कर लें।